ਨੌਜਵਾਨਾਂ ਵੱਲੋਂ ਇੱਥੋਂ ਇੱਕ ਜਥਾ ਸ਼ੰਭੂ ਲਈ ਰਵਾਨਾ ਕੀਤਾ ਜਾ ਰਿਹਾ। ਸਾਡੇ ਨਾਲ ਭਾਨਾ ਸਿੱਧੂ ਮੌਜੂਦ, ਉਹਨਾਂ ਗੱਲਬਾਤ ਕਰਦੇ ਹਾਂਜੀ। ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਜਥੇ ਆਪਣਾ ਹਰ ਇੱਕ ਸ਼ਹਿਰ ਦੇ ਵਿੱਚੋਂ ਲੈ ਕੇ ਜਾਇਆ ਕਰਾਂਗੇ ਅੰਦੋਲਨ ਦੇ ਵਿੱਚ। ਅੰਦੋਲਨ ਨੂੰ ਪੂਰਾ ਤੇਜ਼ ਕਰਨਾ, ਨੌਜਵਾਨਾਂ ਨੂੰ ਬੇਨਤੀ। ਅੱਜ ਵੱਧਦੇ ਮੀਂਹ ਦੇ ਵਿੱਚ ਨੌਜਵਾਨ ਖੜ੍ਹੇ ਨੇ, ਉਹਨਾਂ ਨੌਜਵਾਨਾਂ ਨੂੰ ਸਲੂਟ ਹੈ। ਜੋਧੇ ਸੂਰਵੀਰ ਪਹੁੰਚੋ, ਗੱਲ ਪੰਜਾਬ ਦੀ ਹੈ ਇੱਥੇ, ਗੱਲ ਕਿਸੇ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਹੈਗੀ। ਆ ਇੱਥੇ ਗੱਲ ਵੋਟਾਂ ਦੀ ਨਹੀਂ ਹੈਗੀ, ਗੱਲ ਤੁਹਾਡੇ ਢਿੱਡਾਂ ਦੀ ਹੈ, ਗੱਲ ਤੁਹਾਡੇ ਆਪਣੇ ਪੰਜਾਬ ਦੇ ਨੌਜਵਾਨੋ। ਆ ਜਿਹੜੇ ਦੋਗਲੇ ਨੇ ਨਾ ਖੜਾ ਛੱਡੋ, ਜਿਹੜੇ ਗੱਲਾਂ ਕਰਦੇ ਸੀ ਜੀ ਅਸੀਂ 23 ਫਸਲਾਂ 'ਤੇ MSP ਦੇਵਾਂਗੇ, ਅਸੀਂ 5 ਮਿੰਟਾਂ 'ਚ MSP ਦੇਵਾਂਗੇ, ਸਵਾਲ ਇਹਨਾਂ ਚੋਰਾਂ ਨੂੰ ਕਰਨਾ ਬਣਦਾ। ਇਸ ਕਰਕੇ ਆਓ ਨੌਜਵਾਨੋ, ਆ ਕੇ ਸੰਘਰਸ਼ਾਂ ਦੇ ਵਿੱਚ ਕੁੱਦੀਏ। ਸਾਡੇ ਤਾਂ ਇਤਿਹਾਸ ਦੇ ਵਿੱਚ ਹੀ ਸੰਘਰਸ਼ ਨੇ, ਸਾਡੇ ਇਤਿਹਾਸ ਦੇ ਵਿੱਚ ਹੀ ਅੰਦੋਲਨ ਨੇਗੇ। ਪੰਜਾਬ ਦੇ ਨੌਜਵਾਨ ਲੜਦੀਆਂ ਕੌਮਾਂ ਦੇ ਹੀ ਵਜੂਦ ਰਹਿੰਦੇ ਨੇਗੇ, ਜਿਹੜੀਆਂ ਲੜਨੀਆਂ ਕੌਮਾਂ ਜਿਹੜੀਆਂ ਲੜਨਾ ਭੁੱਲ ਜਾਂਦੇ ਨੇ, ਉਹਨਾਂ ਦੇ ਵਜੂਦ ਖਤਮ ਹੋ ਜਾਂਦੇ ਨੇ। ਪੰਜਾਬ ਦੇ ਹੱਥ ਦੇ ਵਿੱਚ, ਤਕਦੀਰ ਦੇ ਵਿੱਚ ਇਹ ਆਇਆ ਕਿ ਪਹਿਲਾਂ ਵੀ ਪੂਰੇ ਪੰਜਾਬ ਨੇ ਇਸ ਭਾਰਤ ਦਾ ਤਿਰੰਗਾ ਝੰਡਾ ਉੱਪਰ ਕੀਤਾ, ਉਸ ਤਿਰੰਗੇ ਝੰਡੇ ਲਈ ਲੜਿਆ। ਅੱਜ ਵੀ ਪੰਜਾਬ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਲਈ ਲੜ ਰਿਹਾ। ਪੰਜਾਬ ਨੇ ਹਮੇਸ਼ਾ ਤੋਂ 90% ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਪੰਜਾਬ ਦੇ ਅਣਖੀਓ, ਯੋਧਿਓ, ਸੂਰਬੀਰੋ, ਨੌਜਵਾਨੋ, ਮੇਰੇ ਭਰਾਵੋ, ਆਜੋ ਨਿਕਲੋ ਬਾਹਰ ਅਤੇ ਗੱਲ ਪੰਜਾਬ ਦੀ ਕਰੀਏ। ਸਿੱਧੂ ਮੂਸੇਵਾਲੇ ਦੀ ਭਰਾ ਦੀ ਯਾਦ ਨੂੰ ਸਮਰਪਿਤ ਸਾਰਾ ਪ੍ਰੋਗਰਾਮ, ਕਿਉਂਕਿ ਉਸ ਭਰਾ ਨੇ ਮੇਰੇ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ, ਜਿਵੇਂ ਦੀਪ ਭਾਈ ਜਿਹੜਾ ਸਾਡਾ ਸੁਭਕਰਨ, ਉਹਨਾਂ ਯਾਦ ਵਿੱਚ ਪ੍ਰੋਗਰਾਮ ਕਰਾਂਗੇ। ਚਲੋ ਜੀ, ਸਿੱਧੂ ਸੀਗੇ ਜਿਹੜੇ ਚਰਚਾ ਕਰ ਰਹੇ ਸੀਗੇ, ਜਿਸ ਦੇ ਵਿੱਚ ਅੱਜ ਨੌਜਵਾਨਾਂ ਨੂੰ ਹੋਕਾ ਦੇ ਕੇ ਇੱਥੋਂ ਜਿਹੜਾ ਆ ਮੋਹਾਲੀ ਤੋਂ ਸ਼ੰਭੂ ਲੈ ਕੇ ਜਾਇਆ ਜਾ ਰਿਹਾ। ਕੈਮਰਾਮੈਨ ਤਰਨਜੀਤ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ, ਅਸ਼ਕ PD ਨਿਊਜ਼, ਮੋਹਾਲੀ।